सत श्री अकाल प्यारे दोस्तों, LDD TV ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਸਾਹਿਤ ਨਾਲ ਸੰਬੰਧਿਤ ਵੱਖ-ਵੱਖ ਜੋ ਕਿੱਤਾ ਮੁਖੀ ਭਾਵ ਜੌਬ ਓਰੀਐਂਟਲ ਪੇਪਰ ਜੋ ਹੁੰਦੇ ਆ ਉਹਨਾਂ ਦੀ ਤਿਆਰੀ ਆਪਾਂ ਕਰ ਰਹੇ ਹਾਂ ਫ੍ਰੀ ਆਫ ਕਾਸਟ ਬਿਨਾਂ ਕਿਸੇ ਫੀਸ ਦੇ ਦਿੱਤੇ ਆ। ਤੇ ਇੱਕ ਗੱਲ ਜ਼ਰੂਰ ਨੋਟ ਕਰ ਲਿਓ ਕਿ ਤੁਸੀਂ ਫੀਸ ਕਿਸੇ ਨੂੰ ਦੇਣੀ ਨਹੀਂ, ਠੀਕ ਹੈ ਜੀ। ਇਹ ਬਿਲਕੁਲ ਫ੍ਰੀ ਲੈਕਚਰ ਨੇ ਤੇ ਆਪਣੇ ਜਿੱਥੇ ਤੁਸੀਂ ਆਪ ਸੁਣਨਾ ਆ ਉੱਥੇ ਹੀ ਆਪਣੇ ਦੋਸਤਾਂ ਮਿੱਤਰਾਂ ਤੇ ਆਪਣੇ ਕਲਾਸਮੇਟ ਨੂੰ ਤੇ ਨਾਲ ਨਾਲ ਉਹਨਾਂ ਲੋਕਾਂ ਨੂੰ ਜਿਹੜਾ ਵੀ ਤੁਹਾਡੇ ਸੰਪਰਕ ਵਿੱਚ ਆਉਂਦਾ ਆ ਉਹ ਚਾਹੁੰਦਾ ਆ ਕਿ ਮੈਂ ਤਿਆਰੀ ਕਰਾਂ ਪੰਜਾਬੀ ਨਾਲ ਸੰਬੰਧਿਤ ਮਾਸਟਰ ਕੇਡਰ UGC ਨੈੱਟ ਜਾਂ ਫਿਰ ਪੰਜਾਬ ਪੁਲਿਸ ਕੋਈ ਵੀ ਜਿਹੜਾ ਇਹ ਨੌਕਰੀ ਵਾਲਾ ਪੇਪਰ ਹੁੰਦਾ ਆ ਜੌਬ ਓਰੀਐਂਟਲ ਪੇਪਰ ਹੁੰਦਾ ਆ ਉਹਦੀ ਤਿਆਰੀ ਵਾਸਤੇ ਬਿਲਕੁਲ ਫ੍ਰੀ ਆਫ ਕੋਸਟ ਇਹ ਲੈਕਚਰ ਨੇ। ਤੁਸੀਂ ਸਾਰਿਆਂ ਨੇ ਇਹਨੂੰ ਸ਼ੇਅਰ ਕਰਨਾ, ਠੀਕ ਹੈ ਜੀ। LDD TV ਵੱਲੋਂ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਇਹ ਵੱਖ ਵੱਖ ਸਾਡੇ ਪੜਾਅ ਨੇ, ਸਾਡੀ ਜ਼ਿੰਦਗੀ ਦੇ ਸਾਡੀ ਮਾਂ ਬੋਲੀ ਨਾਲ ਸੰਬੰਧਿਤ ਨੁਕਤੇ ਨੇ ਉਹਨਾਂ ਨੂੰ ਫ੍ਰੀ ਆਫ ਕੋਸਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਉਹਦਾ ਕਾਰਨ ਆ ਕਿ ਆਪਾਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਅਤੇ ਪਸਾਰ ਕਰ ਸਕੀਏ ਬਹੁਤ ਰੈਲੇਵੈਂਟ ਅਤੇ ਹਵਾਲਿਆਂ ਸਹਿਤ। ਅਤੇ ਪਿਆਰੇ ਵਿਦਿਆਰਥੀਓ, ਤੁਸੀਂ ਦੋ ਚਾਰ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਓ। ਸਭ ਤੋਂ ਪਹਿਲਾਂ ਤਾਂ ਇਹ ਕਿ ਜਿੰਨੇ ਵੀ ਲੈਕਚਰ ਨੇ ਉਹਨਾਂ ਨੂੰ ਤਰਤੀਬ ਵਿੱਚ ਸੁਣਿਆ ਜਾਵੇ। ਉਸ ਤੋਂ ਬਾਅਦ ਜੇ ਕੋਈ ਡਾਊਟ ਆ ਤਾਂ ਡਾਊਟ ਸੈਸ਼ਨ ਵਿੱਚ ਡਾਊਟ ਕਲੀਅਰ ਕਰਵਾਏ ਜਾਣ। ਅਗਲੀ ਗੱਲ, ਜਿਹੜੇ ਟੈਸਟ ਹੋ ਰਹੇ ਨੇ ਉਹਨਾਂ ਟੈਸਟਾਂ ਦੇ ਜਵਾਬ ਪੂਰੀ ਸ਼ਿੱਦਤ, ਇਮਾਨਦਾਰੀ ਅਤੇ ਮਿਹਨਤ ਨਾਲ ਦਿੱਤੇ ਜਾਣ। ਚੌਥੀ ਗੱਲ ਕਿ ਜਿੰਨੇ ਵੀ ਲੈਕਚਰ ਇਹ ਪ੍ਰੋਵਾਈਡ ਹੋ ਰਹੇ ਨੇ ਤੁਸੀਂ ਇਹਨਾਂ ਨੂੰ ਘੋਖ ਕੇ ਵਾਚ ਕੇ ਅਤੇ ਵੇਖੋ ਤਾਂ ਸਹੀ ਇੱਕ ਵਾਰ, ਤਾਂ ਕਿ ਤੁਹਾਨੂੰ ਇਹ ਵੀ ਪਤਾ ਲੱਗ ਜਾਵੇ ਕਿ ਕਿੰਨੀ ਮਿਹਨਤ, ਕਿੰਨੀ ਲਗਨ ਅਤੇ ਕਿੰਨਾ ਸਮਾਂ ਇਹਨਾਂ ਦੇ ਵਾਸਤੇ ਕੱਢ ਕੇ ਇਹਨਾਂ ਨੂੰ ਤਿਆਰ ਕੀਤਾ ਜਾ ਰਿਹਾ। ਜਿੰਨੀਆਂ ਵੀ ਵੱਖ ਵੱਖ ਜਿਹੜੀਆਂ ਜੌਬ ਓਰੀਐਂਟਲ ਕਿਤਾਬਾਂ ਛਪਦੀਆਂ ਨੇ, ਕੰਪੀਟੀਟਿਵ ਐਗਜ਼ਾਮ ਦੀਆਂ ਕਿਤਾਬਾਂ ਛਪਦੀਆਂ ਨੇ, ਉਹਨਾਂ ਕਿਤਾਬਾਂ ਨੂੰ ਵੀ ਖੋਲ੍ਹ ਕੇ ਵੇਖੋ ਜਿਹੜੀਆਂ ਤੁਹਾਡੇ ਕੋਲ ਪਈਆਂ ਨੇ। ਜੇ ਤੁਸੀਂ ਪੈਸੇ ਹੁਣ ਖਰਾਬ ਕਰ ਲਏ ਨੇ, ਤੁਸੀਂ ਉਹਨਾਂ ਨੂੰ ਖਰੀਦ ਲਿਆ ਆ, ਤਾਂ ਤੁਸੀਂ ਇੱਕ ਵਾਰੀ ਇਹਨਾਂ ਲੈਕਚਰਾਂ ਦੇ ਸਨਮੁੱਖ ਕਰਕੇ ਵੇਖੋ ਕਿ ਉਹ ਇੰਨੀਆਂ ਰੈਲੇਵੈਂਟ ਹੈਗੀਆਂ ਨੇ। ਜੇ ਨਹੀਂ ਹੈਗੀਆਂ ਤਾਂ ਇਹਦਾ ਮਤਲਬ ਹੈ ਕਿ ਜੋ ਉਹਨਾਂ ਦੇ ਸੰਪਾਦਕ ਨੇ, ਜੋ ਉਹਨਾਂ ਨੂੰ ਤਿਆਰ ਕਰਕੇ ਤੁਹਾਡੇ ਤੱਕ ਭੇਜ ਰਹੇ ਨੇ, ਕਹਿ ਰਹੇ ਨੇ ਕਿ ਬਹੁਤ ਹੀ ਉਮਦਾ ਆ, ਬਹੁਤ ਹੀ ਸਸਤੀ ਆ ਅਤੇ ਇਹਦੇ ਵਰਗੀ ਕੋਈ ਕਿਤਾਬ ਨਹੀਂ ਛਪੀ, ਜਾਂ ਇਹ ਰੌਲਾ ਪਾਉਂਦੇ ਨੇ ਕਿ ਮੇਰੀਆਂ ਕਿਤਾਬਾਂ ਨੂੰ ਆਧਾਰ ਬਣਾ ਕੇ ਲੋਕ ਆਪਣੇ ਲੈਕਚਰ ਤਿਆਰ ਕਰਦੇ ਨੇ ਜਾਂ ਅਕੈਡਮੀਆਂ ਚਲਾ ਰਹੇ ਨੇ। ਉਹਨਾਂ ਨੂੰ ਦੱਸ ਦਿਓ ਕਿ ਭਾਈ ਤੁਹਾਡੇ ਵਿੱਚ ਹਜੇ ਬਹੁਤ ਕਮੀਆਂ ਨੇ, ਵਹਿਮ ਵਿੱਚ ਨਾ ਰਹੋ। ਅਗਲੀ ਗੱਲ ਕਿ ਆਪਾਂ ਫ੍ਰੀ ਆਫ ਕੋਸਟ ਪੜ੍ਹ ਰਹੇ ਹਾਂ ਤਾਂ ਇਸ ਕਰਕੇ ਫਿਰ ਕਿਤੇ ਵੀ ਇਹਨਾਂ ਕਿਤਾਬਾਂ ਨੂੰ, ਖਾਸ ਤੌਰ 'ਤੇ ਜਿਹੜੀਆਂ ਕੰਪੀਟੀਟਿਵ ਐਗਜ਼ਾਮ ਵਾਸਤੇ ਕਿਤਾਬਾਂ ਤਿਆਰ ਕੀਤੀਆਂ ਜਾਂਦੀਆਂ, ਉਹਨਾਂ ਨੂੰ ਖਰੀਦਣ ਦੀ ਕੋਈ ਲੋੜ ਨਹੀਂ। ਖਰੀਦ ਲਿਆ ਆ ਤਾਂ ਤੁਸੀਂ ਉਹਨਾਂ ਨੂੰ ਪਰਖੋ, ਪਰਖੇ ਪਰਖਣ ਤੋਂ ਬਾਅਦ ਜਿਹੜੇ ਉਹਨਾਂ ਦੇ ਸੰਪਾਦਕ ਆ ਉਹਨਾਂ ਨੂੰ ਸੰਪਰਕ ਕਰਕੇ ਦੱਸੋ ਕਿ ਭਾਈ ਆ ਤੁਹਾਡੀਆਂ ਕਮੀਆਂ ਨੇ, ਇਹਨਾਂ ਨੂੰ ਹੱਲ ਕਰ ਲਓ, ਤਾਂ ਕਿ ਜੇ ਕੋਈ ਅਗਾਂਹ ਉਹਨਾਂ ਦੀ ਕਿਤਾਬ ਖਰੀਦਦਾ ਆ ਤਾਂ ਉਹਨੂੰ ਇਹ ਖਾਮੀਆਂ ਦੇ ਵਿੱਚੋਂ ਨਾ ਨਿਕਲਣਾ ਪਵੇ, ਠੀਕ ਹੈ ਜੀ। ਇਹ ਗੱਲਾਂ ਬਹੁਤ ਜ਼ਰੂਰੀ ਸੀ ਇਸ ਕਰਕੇ ਤੁਹਾਡੇ ਨਾਲ ਕੀਤੀਆਂ ਨੇ। ਆਪਾਂ ਪੰਜਾਬੀ ਸਾਹਿਤ ਦੇ ਆਦਿ ਕਾਲ ਵਿੱਚ ਇਹਨੂੰ ਆਧਾਰ ਬਣਾ ਕੇ ਚਰਚਾ ਕਰ ਰਹੇ ਹਾਂ ਅਤੇ ਹੁਣ ਆਪਾਂ ਭਗਤੀ ਮਤ ਅਤੇ ਭਗਤੀ ਮਤ ਦੇ ਪ੍ਰਮੁੱਖ ਕਵੀ ਜਿਹੜੇ ਨੇ ਉਹਨਾਂ ਬਾਬਤ ਵੱਖ ਵੱਖ ਲੈਕਚਰ ਜਿਹੜੇ ਨੇ ਸੁਣੇ ਨੇ ਤੁਸੀਂ, ਜਿਨ੍ਹਾਂ ਵਿੱਚ ਭਗਤ ਰਾਮਾਨੰਦ ਜੀ ਦੀ ਗੱਲ ਆਪਾਂ ਕਰ ਚੁੱਕੇ ਹਾਂ, ਭਗਤ ਜੈ ਦੇਵ ਜੀ ਦੀ ਗੱਲ ਵੀ ਆਪਾਂ ਕਰ ਚੁੱਕੇ ਹਾਂ, ਭਗਤ ਨਾਮਦੇਵ ਜੀ ਦੀ ਗੱਲ ਵੀ ਆਪਾਂ ਕਰ ਚੁੱਕੇ ਹਾਂ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਇਹਨਾਂ 8 ਭਗਤ ਕਵੀਆਂ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਪੂਰੇ ਹਵਾਲਿਆਂ ਸਹਿਤ ਰੈਲੇਵੈਂਟ। ਅਤੇ ਤੁਸੀਂ ਆਪਣੀਆਂ ਕਿਤਾਬਾਂ, ਆਪਣੀਆਂ ਕਾਪੀਆਂ, ਆਪਣੇ ਨੋਟਸ ਖੁਦ ਤਿਆਰ ਕਰਨੇ ਆ ਇਹਨਾਂ ਵੀਡੀਓਜ਼ ਨੂੰ ਵੇਖ ਕੇ। ਕਿਤੇ ਵੀ ਡਾਊਟ ਹੈਗਾ ਤਾਂ ਹੁਣ ਤੁਸੀਂ ਇਹਨਾਂ ਡਾਊਟ ਸੈਸ਼ਨਾਂ ਦੇ ਵਿੱਚ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ। ਜੇ ਬਿਲਕੁਲ ਨਵੀਂ ਜਾਣਕਾਰੀ ਲੱਗਦੀ ਆ ਤਾਂ ਤੁਸੀਂ ਫਿਰ ਬਹੁਤ ਧਿਆਨ ਦਿਓ, ਕਿਉਂਕਿ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਸੀ, ਇਹ ਤਾਂ ਸਾਡਾ ਆਪਣਾ ਇਤਿਹਾਸ ਆ, ਸਾਡਾ ਆਪਣਾ ਸਾਹਿਤ ਆ। ਇਸ ਕਰਕੇ ਆਓ ਕਿ ਆਪਾਂ ਆਪਣੇ ਆਪ ਨਾਲ ਜੁੜੀਏ ਅਤੇ ਆਪਣਾ ਮੂਲ ਪਛਾਣੀਏ, ਆਪਣੇ ਇਤਿਹਾਸ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੀ ਲੋਕਧਾਰਾ ਨੂੰ ਮਾਣ ਦੇ ਸਕੀਏ। ਅੱਜ ਦਾ ਛੋਟਾ ਜਿਹਾ ਲੈਕਚਰ
ਆਪਾਂ ਜਿਹਦੇ ਵਿੱਚ ਭਗਤ ਸੈਣ ਜੀ ਬਾਰੇ ਗੱਲ ਕਰਾਂਗੇ। ਭਗਤ ਸੈਣ ਜੀ ਬੜੇ ਪ੍ਰਮੁੱਖ ਸੰਤ ਭਗਤ ਕਵੀ ਹੋਏ ਨੇ ਅਤੇ ਆਪਣੇ ਵੇਲੇ ਦੇ ਮੰਨੇ ਪਰਮੰਨੇ ਸੰਤ ਸੀਗੇ ਉਹ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ। ਅਤੇ ਕਿੱਤਾ ਉਹਨਾਂ ਦਾ ਨਾਈ ਦਾ ਸੀ, ਵਾਲ ਕੱਟਦੇ ਸੀ, ਯਾਨੀ ਕਿ ਨਾਈ ਦਾ ਕੰਮ ਕਰਦੇ ਸੀਗੇ। ਅਤੇ ਸੰਬੰਧ ਉਹਨਾਂ ਦਾ ਰਾਜ ਘਰਾਣੇ ਦੇ ਨਾਲ ਸੀਗਾ, ਮਹਾਰਾਜਾ ਵੀਰ ਸਿੰਘ ਦੇ ਨਾਲ ਉਹਨਾਂ ਦਾ ਸੰਬੰਧ ਜਿਹੜਾ ਆ ਉਹ ਜੋੜਿਆ ਜਾਂਦਾ ਆ। ਅਤੇ ਉਹਨਾਂ ਦੇ ਗੁਰੂ ਦਾ ਨਾਮ ਭਗਤ ਰਾਮਾਨੰਦ ਜੀ ਸੀਗਾ, ਨੋਟ ਕਰ ਲਵੋ ਜੀ, ਭਗਤ ਰਾਮਾਨੰਦ ਜੀ। ਭਗਤ ਰਾਮਾਨੰਦ ਜੀ ਦੇ ਪ੍ਰਮੁੱਖ 12 ਚੇਲੇ ਸੀਗੇ ਜੀ, ਜਿਨ੍ਹਾਂ ਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ ਆਦਿ ਆਦਿ ਜਿਹੜੇ ਨੇ ਆਉਂਦੇ ਨੇ। ਵੈਸੇ ਉਹਨਾਂ ਦੇ ਸ਼ਾਗਿਰਦ ਬਹੁਤ ਜ਼ਿਆਦਾ ਸੀ, ਪਰ ਪ੍ਰਮੁੱਖ 12 ਮੰਨੇ ਜਾਂਦੇ ਆ। ਅਤੇ ਅਗਲੀ ਗੱਲ ਕਿ ਜਿਹੜੇ ਭਗਤ ਸੈਣ ਜੀ ਨੇ, ਇਹਨਾਂ ਦੇ ਸ਼ਾਗਿਰਦ ਰਾਜਾ ਵੀਰ ਸਿੰਘ ਸੀਗੇ, ਜਿਨ੍ਹਾਂ ਦੇ ਰਾਜ ਘਰਾਣੇ ਦੇ ਨਾਲ ਭਗਤ ਸੈਣ ਜੀ ਦਾ ਬੜਾ ਸੰਬੰਧ ਸੀ, ਗੂੜਾ ਸੰਬੰਧ ਸੀ। ਉਹ ਇਹਨਾਂ ਦੇ ਚੇਲੇ ਬਣ ਗਏ ਸੀ। ਹੁਣ ਵੀ ਤੁਸੀਂ ਜਦੋਂ ਘੋਖਦੇ ਹੋ, ਜਦੋਂ ਉਸ ਘਰਾਣੇ ਨੂੰ ਵਾਚਦੇ ਹੋ ਜਾਂ ਉਹਨਾਂ ਦਾ ਇਤਿਹਾਸ ਪੜ੍ਹਦੇ ਹੋ, ਤਾਂ ਹੁਣ ਵੀ ਭਗਤ ਸੈਣ ਜੀ ਦੀਆਂ ਜਿੰਨੀਆਂ ਵੀ ਸੰਤਾਨ, ਜਿੰਨੇ ਵੀ ਉਹਨਾਂ ਦੀਆਂ ਪੀੜ੍ਹੀਆਂ ਹੋ ਚੁੱਕੀਆਂ ਨੇ, ਉਹਨਾਂ ਸਾਰੀਆਂ ਹੀ ਪੀੜ੍ਹੀਆਂ ਨੂੰ ਰਾਜਾ ਵੀਰ ਸਿੰਘ ਦੀਆਂ ਪੁਸ਼ਤਾਂ ਹੁਣ ਵੀ ਗੁਰੂ ਮੰਨਦੀਆਂ ਨੇ, ਇਹਦਾ ਇਤਿਹਾਸ ਗਵਾਹ ਆ। ਆਪਾਂ ਜੇ ਭਗਤ ਸੈਣ ਜੀ ਦੇ ਜਨਮ ਦੀ ਗੱਲ ਕਰਨੀ ਹੋਵੇ ਤਾਂ ਕੁਝ ਇਤਿਹਾਸਕਾਰ 1400 ਈਸਵੀ ਮੰਨਦੇ ਨੇ ਅਤੇ ਕੁਝ 1390 ਈਸਵੀ ਦੇ ਲਗਭਗ ਮੰਨਦੇ ਨੇ। ਇਹਦਾ ਮਤਲਬ ਹੈ ਕਿ ਭਗਤ ਸੈਣ ਜੀ ਦਾ ਜਨਮ ਜਿਹੜਾ ਆ ਉਹ 1390 ਤੋਂ ਲੈ ਕੇ 1400 ਈਸਵੀ ਦੇ ਦਰਮਿਆਨ ਹੋਇਆ। ਪੇਪਰ ਦੇ ਵਿੱਚ ਜੇ ਪੁੱਛਿਆ ਜਾਵੇ, ਆਪਸ਼ਨ ਆਵੇ, ਤਾਂ ਤੁਸੀਂ 1390 ਨੂੰ ਕਲਿੱਕ ਕਰਨਾ ਆ, ਠੀਕ ਹੈ ਜੀ। ਇਹ ਜ਼ਿਆਦਾ ਰੈਲੀਵੈਂਟ ਮੰਨਿਆ ਜਾਂਦਾ। ਅੱਗੇ ਤੁਰਦੇ ਹਾਂ ਕਿ ਆਪਾਂ ਭਗਤ ਸੈਣ ਜੀ ਦੇ ਜਨਮ ਸਥਾਨ ਬਾਰੇ ਵੀ ਗੱਲ ਕਰਨੀ ਆ ਅਤੇ ਉਹਨਾਂ ਦਾ ਜਨਮ ਸਥਾਨ ਪਿੰਡ ਸੂਹਲ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ, ਠੀਕ ਹੈ ਜੀ। ਪਿੰਡ ਸੋਹਲ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਭਗਤ ਸੈਣ ਜੀ ਦਾ ਜਨਮ ਹੋਇਆ, ਇਹ ਮੰਨਿਆ ਜਾਂਦਾ ਆ। ਨੋਟ ਕਰ ਲਵੋ, ਭਗਤ ਸੈਣ ਜੀ ਆਪਣੇ ਮਾਝੇ ਦੇ ਇਲਾਕੇ ਦੇ ਸੀਗੇ, ਹਾਂਜੀ। ਅਤੇ ਗਿਆਨੀ ਪ੍ਰਤਾਪ ਸਿੰਘ ਦੇ ਅਨੁਸਾਰ, ਕਿਉਂਕਿ ਹਵਾਲੇ ਤੋਂ ਬਿਨਾਂ ਆਪਾਂ ਗੱਲ ਨਹੀਂ ਕਰਦੇ, ਉਹ ਕਹਿੰਦੇ ਕਿ ਭਗਤ ਸੈਣ ਬਾਂਧਵਗੜ੍ਹ ਰੀਵਾ ਦੇ ਰਾਜਾ ਰਾਮ ਦੇ ਨਾਈ ਸਨ, ਮਤਲਬ ਕਿ ਉਹ ਸ਼ਾਹੀ ਨਾਈ ਸਨ, ਠੀਕ ਹੈ ਜੀ। ਰਾਜੇ ਦੇ ਨਾਈ ਹੋਣ ਦਾ ਮਤਲਬ ਕਿ ਰਾਜ ਘਰਾਣੇ ਨਾਲ ਸੰਬੰਧ ਸੀ ਉਹਨਾਂ ਦਾ। ਅਤੇ ਭਗਤਮਾਲਾ ਦੇ ਟੀਕੇ ਦੇ ਵਿੱਚ ਜੋ ਲਿਖਿਆ ਹੋਇਆ, ਭਗਤਮਾਲਾ ਦੇ ਟੀਕੇ ਵਿੱਚ ਰਾਜਾ ਰਾਮ ਨੂੰ ਹੀ ਵੀਰ ਸਿੰਘ ਬਘੇਲਾ ਦੇ ਨਾਮ ਦੇ ਨਾਲ ਲਿਖਿਆ ਹੋਇਆ ਆ। ਰਾਜਾ ਰਾਮ ਦਾ ਨਾਮ ਵੀਰ ਸਿੰਘ ਬਘੇਲਾ ਉੱਥੇ ਆਇਆ ਆ। ਕਿੱਥੇ ਆਇਆ ਆ? ਭਗਤਮਾਲਾ ਦੇ ਟੀਕੇ ਵਿੱਚ, ਠੀਕ ਹੈ ਜੀ। ਨੋਟ ਕਰ ਲਿਆ, ਸ਼ਾਬਾਸ਼। ਹੁਣ ਆਪਣੇ ਕੋਲ ਵਿਦਵਾਨ ਨੇ ਚਤੁਰਵੇਦੀ ਜੀ, ਉਹਨਾਂ ਦੇ ਅਨੁਸਾਰ ਭਗਤ ਸੈਣ ਜੀ ਦੱਖਣ ਦੇ ਮਰਾਠੀ ਸੰਤ ਸਨ। ਚਤੁਰਵੇਦੀ ਜੀ ਕਹਿੰਦੇ ਆ ਕਿ ਭਗਤ ਸੈਣ ਜੀ ਦੱਖਣ ਦੇ ਮਰਾਠੀ ਸੰਤ ਸੀਗੇ। ਵੈਰੀ 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 ਇੰਪੋਰਟੈਂਟ। ਵਿਦਵਾਨ ਦਾ ਨਾਮ ਨੋਟ ਕਰੋ, ਉਹਨਾਂ ਨੇ ਕੀ ਕਿਹਾ ਇਹ ਨੋਟ ਕਰੋ। ਦੱਖਣ ਦੇ ਸੰਤ ਭਗਤ ਸੈਣ ਜੀ, ਵਿਦਵਾਨ ਚਤੁਰਵੇਦੀ ਜੀ ਇਹ ਕਹਿ ਰਹੇ ਨੇ, ਠੀਕ ਹੈ ਜੀ। ਇਸ ਤਰ੍ਹਾਂ ਪੇਪਰਾਂ ਦੇ ਵਿੱਚ ਸਵਾਲ ਆਉਂਦੇ ਨੇ। ਅੱਜ ਕੱਲ੍ਹ ਇੰਨਾ ਸਿੱਧਾ ਸਵਾਲ ਨਹੀਂ ਆਉਂਦਾ ਕਿ ਦੱਸੋ ਜੀ ਭਗਤ ਸੈਣ ਜੀ ਦਾ ਜਨਮ ਕਦੋਂ ਹੋਇਆ। ਉਹ ਕਹਿਣਗੇ ਕਿ ਦੱਸੋ ਦੱਖਣ ਦੇ ਮਰਾਠੀ ਸੰਤ ਭਗਤ ਸੈਣ ਜੀ ਨੂੰ ਕਿਸਨੇ ਕਿਹਾ? ਇਹੋ ਜਿਹੇ ਸਵਾਲ ਆਉਂਦੇ ਨੇ। ਇਸ ਕਰਕੇ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਰੈਲੇਵੈਂਸੀ ਉਹੀ ਆ ਜਿਹਦੇ ਵਿੱਚ ਹਵਾਲਾ ਦੱਸਿਆ ਹੋਵੇ। ਜਿਹੜੀਆਂ ਕਿਤਾਬਾਂ ਇਹ ਕੰਪੀਟੀਟਿਵ ਐਗਜ਼ਾਮਾਂ ਦੀਆਂ ਛਪਦੀਆਂ ਨੇ ਨਾ, ਉਹ ਸਿਰਫ ਆਪਣੀ ਫੋਰਮੈਲਿਟੀ ਕਰਦੇ ਨੇ। ਤੁਸੀਂ ਜਦੋਂ ਵੀ ਕਿਸੇ ਕਿਤਾਬ ਨੂੰ ਖਰੀਦਣਾ ਹੁੰਦਾ ਉਦੋਂ ਪਹਿਲਾਂ ਇੱਕ ਕੰਮ ਕਰਿਆ ਕਰੋ, ਕੋਸ਼ਿਸ਼ ਕਰੋ ਪੇਜ ਖੋਲੋ। ਮੰਨ ਲਓ ਕਿ ਉਦਾਹਰਣ ਦੇ ਲਈ ਤੁਸੀਂ ਭਗਤ ਰਵਿਦਾਸ ਜੀ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਆਪਾਂ ਉਦਾਹਰਣ ਲੈ ਲੈਂਦੇ ਹਾਂ। ਭਗਤ ਰਵਿਦਾਸ ਜੀ ਬਾਰੇ ਤੁਸੀਂ ਗੂਗਲ 'ਤੇ ਸਰਚ ਕਰੋ ਅਤੇ ਨਾਲ ਹੀ ਉਸ ਕਿਤਾਬ ਦੇ ਵਿੱਚ ਖੋਲ੍ਹ ਕੇ ਵੇਖੋ ਕਿ ਉਹ ਸੇਮ ਤਾਂ ਨਹੀਂ ਕਿਤੇ ਕਿਤਾਬ ਛਾਪਣ ਵਾਲਾ ਤੁਹਾਨੂੰ ਥੋੜ੍ਹੇ ਜਿਹੇ ਬੇਵਕੂਫ ਤਾਂ ਨਹੀਂ ਬਣਾ ਰਿਹਾ ਕਿ ਗੂਗਲ ਤੋਂ ਚੱਕ ਕੇ ਆਪਣੀ ਕਿਤਾਬ ਛਾਪਤੀ ਹੋਵੇ ਸਾਰੀ ਦੀ ਸਾਰੀ, ਗੂਗਲ ਦੇ ਵਿੱਚ ਕਾਪੀ ਪੇਸਟ ਕਰਕੇ ਤੁਹਾਨੂੰ ਸਾਰਾ ਜਿਹੜਾ ਮਟੀਰੀਅਲ ਪ੍ਰੋਵਾਈਡ ਕਰਵਾ ਰਿਹਾ ਹੋਵੇ, ਕਿਤੇ ਇੱਦਾਂ ਤਾਂ ਨਹੀਂ? ਅਤੇ ਤੁਸੀਂ ਇਹਨਾਂ ਲੈਕਚਰਾਂ ਨੂੰ ਵੀ ਪਰਖੋ। ਮੈਂ ਤੁਹਾਡੇ ਨਾਲ ਡਾਇਰੈਕਟ ਹਾਂ, ਮੈਂ ਸਪੱਸ਼ਟ ਹਾਂ ਕਿ ਆਪਾਂ ਸਮਝੌਤਾ ਨਹੀਂ ਕਰਨਾ, ਜੋ ਸੱਚ ਆ ਉਹ ਸੱਚ ਹੈ। ਜੇ ਆਪਾਂ ਕਿਤਾਬਾਂ ਫੋੜ ਰਹੇ ਹਾਂ, ਕਿਤਾਬਾਂ ਦੇ ਵਿੱਚੋਂ ਇਤਿਹਾਸ ਅਤੇ ਨਾਲ ਹਵਾਲੇ ਲੈ ਰਹੇ ਹਾਂ, ਤਾਂ ਸੱਚ ਇਹੀ ਆ।
ਤੁਸੀਂ ਉਹਨਾਂ ਨੂੰ ਵੀ ਪਰਖ ਸਕਦੇ ਹੋ। ਇਸ ਤਰ੍ਹਾਂ ਹੀ ਜਿਹੜੀਆਂ ਇਹ ਵੱਖ ਵੱਖ ਕਿਤਾਬਾਂ ਨਾ, ਮੇਰੀ ਕਿਤਾਬ ਸਭ ਤੋਂ ਵਧੀਆ ਕਹਿ ਕੇ ਵੇਚਦੇ ਆ, ਇਹਨਾਂ ਨੂੰ ਪਰਖੋ, ਪਤਾ ਤਾਂ ਲੱਗੇ ਕਿ ਤੁਸੀਂ ਵਿਦਿਆਰਥੀ ਹੋ। ਅਤੇ ਜਿਹੜੇ ਵਿਦਿਆਰਥੀ ਪਰਖਣਾ ਨਹੀਂ ਜਾਣਦੇ, ਜਿਹੜੇ ਵਿਦਿਆਰਥੀ ਘੋਖਣਾ ਨਹੀਂ ਜਾਣਦੇ, ਅਸਲ ਵਿੱਚ ਉਹ ਵਿਦਿਆਰਥੀ ਨਹੀਂ ਹੁੰਦੇ, ਇਹ ਕਹਿ ਲਓ ਕਿ ਉਹ ਸਫਲ ਵਿਦਿਆਰਥੀ ਨਹੀਂ ਹੁੰਦੇ। ਚਲੋ ਆਪਾਂ ਅੱਗੇ ਤੁਰਦੇ ਹਾਂ ਕਿ ਚਤੁਰਵੇਦੀ ਜੀ ਨੇ ਭਗਤ ਸੈਣ ਜੀ ਨੂੰ ਉੱਤਰੀ ਭਾਰਤ ਵਿੱਚ ਆ ਕੇ ਭਗਤ ਰਾਮਾਨੰਦ ਦੇ ਚੇਲੇ ਬਣਨ ਦਾ ਜ਼ਿਕਰ ਵੀ ਕੀਤਾ ਆ। ਇਹ ਵੀ ਚਤੁਰਵੇਦੀ ਜੀ ਨੇ ਜ਼ਿਕਰ ਕੀਤਾ ਆ ਕਿ ਭਗਤ ਸੈਣ ਜੀ ਉੱਤਰੀ ਭਾਰਤ ਵਿੱਚ ਆ ਕੇ ਭਗਤ ਰਾਮਾਨੰਦ ਜੀ ਦੇ ਚੇਲੇ ਬਣੇ ਸਨ। ਠੀਕ ਹੈ ਜੀ। ਇੱਕ ਅਨੁਮਾਨ ਇਹ ਵੀ ਲਾਇਆ ਜਾਂਦਾ ਆ ਕਿ ਦੱਖਣ ਵਿੱਚ ਭਗਤ ਸੈਣ ਜੀ ਬੀਦਰ ਦੇ ਰਾਜੇ ਕੋਲ ਰਹਿੰਦੇ ਸਨ ਅਤੇ ਸੰਤ ਗਿਆਨ ਦੇਵ ਜੀ ਦੇ ਸ਼ਿਸ਼ ਮੰਡਲੀ ਵਿੱਚ ਉਹ ਸ਼ਾਮਿਲ ਸਨ। ਇਹ ਅਨੁਮਾਨ ਲਾਇਆ ਜਾਂਦਾ ਕਿ ਦੱਖਣ ਦੇ ਵਿੱਚ ਜਦੋਂ ਭਗਤ ਸੈਣ ਜੀ ਹੁੰਦੇ ਸੀਗੇ ਤਾਂ ਉਹ ਬੀਦਰ ਨਾਂ ਦੇ ਰਾਜੇ ਦੇ ਸ਼ਾਹੀ ਨਾਈ ਸੀਗੇ ਅਤੇ ਸੰਤ ਗਿਆਨ ਦੇਵ, ਜਿਹਨਾਂ ਆਪਾਂ ਗਿਆਨੇਸ਼ਵਰ ਵੀ ਕਿਹਾ ਸੀ, ਰਾਮਾ ਭਗਤ ਨਾਮਾ ਜੀ, ਭਗਤ ਨਾਮਦੇਵ ਜੀ, ਜਦੋਂ ਆਪਾਂ ਪੂਰਾ ਨਾਮ ਲੈਂਦੇ ਹਾਂ ਜੀ ਸਤਿਕਾਰ ਸਹਿਤ, ਭਗਤ ਨਾਮਦੇਵ ਜੀ ਹੀ ਕਹਿਣਾ ਆ ਸਤਿਕਾਰ ਨਾਲ। ਅਤੇ ਉਹਨਾਂ ਦੇ ਜੋ 5 ਸਾਲ ਉਹਨਾਂ ਤੋਂ ਛੋਟੇ ਸੀ ਗਿਆਨੇਸ਼ਵਰ ਜੀ ਸੰਤ, ਵਾਰਕਰੀ ਸੰਪਰਦਾਇ ਨਾਲ ਸੰਬੰਧ ਰੱਖਣ ਵਾਲੇ, ਯਾਦ ਆ ਗਿਆ ਨਾ ਸਾਰਾ ਕੁਛ ਪਿਛਲਾ ਜੋ ਆਪਾਂ ਪੜ੍ਹਿਆ ਹੁਣ ਤੱਕ। ਇਹ ਮੰਨਿਆ ਜਾਂਦਾ ਕਿ ਭਗਤ ਸੈਣ ਜੀ ਉਹਨਾਂ ਦੇ ਚੇਲਿਆਂ ਦੀ ਮੰਡਲੀ ਦੇ ਵਿੱਚ ਬਿਰਾਜਮਾਨ ਸਨ, ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਇੱਕ ਸੀ ਜਦੋਂ ਤੱਕ ਉਹ ਦੱਖਣੀ ਭਾਰਤ ਦੇ ਵਿੱਚ ਸੀਗੇ। ਉੱਤਰੀ ਭਾਰਤ ਵਿੱਚ ਕਹਿੰਦੇ ਆਉਂਦਿਆਂ ਹੀ ਉਹਨਾਂ ਨੇ ਭਗਤ ਰਾਮਾਨੰਦ ਜੀ ਨੂੰ ਆਪਣੇ ਗੁਰੂ ਬਣਾ ਲਿਆ ਸੀ। ਠੀਕ ਹੈ ਜੀ, ਕਲੀਅਰ ਹੈ ਗੱਲ। ਚਲੋ ਫਿਰ ਅੱਗੇ ਤੁਰਦੇ ਹਾਂ। ਇੱਕ ਸਾਖੀ ਬੜੀ ਪ੍ਰਸਿੱਧ ਹੋਈ ਇਹਨਾਂ ਬਾਰੇ, ਉਹ ਸਾਖੀ ਦਾ ਨਾਮ ਨੋਟ ਕਰ ਲਵੋ ਤੁਸੀਂ, ਆਧਾਰ ਨੋਟ ਕਰ ਲਵੋ ਕਿ ਭਗਤ ਜਿਹੜੇ ਸੈਣ ਜੀ ਆ ਇਹਨਾਂ ਬਾਰੇ ਇਹ ਸਾਖੀ ਆ, ਭਗਵਾਨ ਦਾ ਨਾਈ ਸੈਣ ਬਣ ਕੇ ਰਾਜੇ ਦੀ ਸੇਵਾ ਕਰਨ ਵਾਲੀ ਸਾਖੀ ਜਿਹੜੀ ਆ ਉਹ ਬੜੀ ਪ੍ਰਸਿੱਧ ਆ। ਮੰਨਿਆ ਇਹ ਜਾਂਦਾ ਆ ਕਿ ਸਾਖੀ ਦੇ ਵਿੱਚ, ਵੈਸੇ ਆਪਾਂ ਫੁਟਕਲ ਲੈਕਚਰਾਂ ਵਿੱਚ ਇਹਨਾਂ ਨੂੰ ਤਰਤੀਬ ਦੇਵਾਂਗੇ ਤੁਹਾਡੇ ਸਿਲੇਬਸ ਖਤਮ ਹੋਣ ਤੋਂ ਬਾਅਦ। ਮੰਨਿਆ ਇਹ ਜਾਂਦਾ ਆ ਕਿ ਇੱਕ ਵਾਰ ਨਾ ਭਗਤ ਸੈਣ ਜੀ ਨਾਈ, ਕਿਉਂਕਿ ਉਹਨਾਂ ਦਾ ਕਿੱਤਾ ਸੀ ਅਤੇ ਉਹ ਰਾਜੇ ਦੇ ਕੋਲ ਸੇਵਾ ਕਰਦੇ ਸੀ, ਉਹਨਾਂ ਦੀ ਮਾਲਿਸ਼ ਕਰਦੇ ਸੀ ਅਤੇ ਉਹ ਸ਼ਾਹੀ ਨਾਈ ਸੀਗੇ। ਕਿਰਾਂ ਉਹ ਘਰ ਤੋਂ ਨਿਕਲਣ ਲੱਗੇ ਤਾਂ ਉਹਨਾਂ ਨੂੰ ਰਾਹ ਦੇ ਵਿੱਚ ਸੰਤ ਮੰਡਲੀ ਮਿਲ ਗਈ, ਮਤਲਬ ਕਿ ਵੱਖ ਵੱਖ ਜਿਹੜੇ ਸਾਧੂ ਸੀਗੇ, ਫਕੀਰ ਸੀਗੇ, ਸੰਤ ਸੀ, ਉਹਨਾਂ ਨੂੰ ਮਿਲ ਗਏ। ਉਹ ਉਹਨਾਂ ਨੂੰ, ਕਿਉਂਕਿ ਸ਼ਰਧਾ ਬਹੁਤ ਰੱਖਦੇ ਸੀ, ਉਹ ਹਮੇਸ਼ਾ ਹੀ ਸੰਤਾਂ ਫਕੀਰਾਂ ਦੀ ਸੰਗਤ ਕਰਨੀ ਲੋਚਦੇ ਸੀਗੇ, ਇਸ ਕਰਕੇ ਉਹ ਉਹਨਾਂ ਸੰਤਾਂ ਫਕੀਰਾਂ ਦੀ ਮੰਡਲੀ ਨੂੰ ਆਪਣੇ ਘਰ ਲੈ ਆਏ ਅਤੇ ਭਗਤ ਸੈਣ ਜੀ ਦਾ ਮਨ ਉਹਨਾਂ ਵਿੱਚ ਇੰਨਾ ਲੱਗਾ ਕਿ ਉਹ ਸਾਰਾ ਦਿਨ ਰਾਤ ਉਹ ਉਹਨਾਂ ਦੀ ਭਗਤੀ ਦੇ ਵਿੱਚ ਲੱਗੇ, ਉਹਨਾਂ ਦੀ ਆਓ ਭਗਤ ਕਰਦੇ ਰਹੇ ਅਤੇ ਸਾਰਾ ਦਿਨ ਰਾਤ ਕੀਰਤਨ ਸੁਣਦੇ ਰਹੇ। ਉਹ ਇੰਨਾ ਜ਼ਿਆਦਾ ਮਗਨ ਹੋ ਗਏ, ਸਾਖੀ ਕਹਿੰਦੀ ਆ ਕਿ ਉਹਨਾਂ ਨੂੰ ਇਹ ਯਾਦ ਭੁੱਲ ਗਿਆ ਕਿ ਉਹਨਾਂ ਨੇ ਰਾਜੇ ਦੀ ਸੇਵਾ ਕਰਨ, ਉਹਨਾਂ ਦੇ ਜੋ ਨਾਈ ਪੁਣੇ ਦਾ ਕਿੱਤਾ ਸੀਗਾ ਉਹ ਫਰਜ਼ ਅਦਾ ਕਰਨ ਜਾਣਾ ਸੀ, ਪਰ ਉਹ ਭੁੱਲ ਗਏ। ਹੁਣ ਕਿਉਂਕਿ ਇੱਕ ਰੱਬ ਦਾ ਭਗਤ ਜਦੋਂ ਇਸ ਪਾਸਿਓਂ ਭੁੱਲ ਗਿਆ ਤਾਂ ਰੱਬ ਨੂੰ ਫਿਰ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਆ, ਹੈ ਕਿ ਨਹੀਂ? ਤਾਂ ਰੱਬ ਫਿਰ ਭਗਤ ਸੈਣ ਜੀ ਦਾ ਰੂਪ ਲੈ ਕੇ, ਉਹ ਪ੍ਰਤਾਪੀ ਚਿਹਰਾ ਲੈ ਕੇ ਰਾਜੇ ਦੇ ਕੋਲ ਜਾਂਦਾ ਆ ਅਤੇ ਜੋ ਭਗਤ ਸੈਣ ਜੀ ਦੀਆਂ ਜ਼ਿੰਮੇਵਾਰੀਆਂ ਸੀ ਉਹ ਨਿਭਾ ਕੇ ਆ ਜਾਂਦਾ ਆ। ਅਗਲੇ ਦਿਨ ਜਦੋਂ ਭਗਤ ਸੈਣ ਜੀ ਦੇ ਘਰੋਂ ਉਹ ਸੰਤ ਮੰਡਲੀ ਚਲੇ ਜਾਂਦੀ ਆ ਤਾਂ ਭਗਤ ਸੈਣ ਜੀ ਨੂੰ ਯਾਦ ਆਉਂਦਾ ਆ ਕਿ ਮੈਂ ਆਪਣਾ ਜਿਹੜਾ ਫਰਜ਼ ਸੀਗਾ ਉਹ ਕਿਤੇ ਮੈਂ ਭੁੱਲ ਚੁੱਕਾ ਆ। ਤਾਂ ਉਹ ਜਾਂਦੇ ਨੇ ਰਾਜੇ ਦੇ ਕੋਲ। ਰਾਜਾ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਹੁੰਦਾ ਆ ਉਸ ਸ਼ਖਸੀਅਤ ਤੋਂ ਕਿ ਉਹ ਜਾਂਦਿਆਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਭਗਤ ਸੈਣ ਜੀ ਨੂੰ ਆਪਣੇ ਰਾਜ ਘਰਾਣੇ ਦਾ ਗੁਰੂ ਬਣਾ ਲੈਂਦੇ ਨੇ। ਅਤੇ ਇਹ ਹੁਣ ਵੀ ਸਿੱਧ ਹੈ ਕਿ ਅਜੋਕੇ ਸਮੇਂ ਦੇ ਵਿੱਚ ਵੀ ਉਸ ਰਾਜ ਘਰਾਣੇ ਦੇ ਵਿੱਚ ਭਗਤ ਸੈਣ ਜੀ ਦੇ ਪੁੱਤਰਾਂ ਨੂੰ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਗੁਰੂ ਦਾ ਮਾਣ ਦੇ ਕੇ ਨਿਵਾਜਿਆ ਜਾਂਦਾ ਆ। ਇਹ ਸਾਖੀ ਜਿਹੜੀ ਸੀ ਇਹ ਬੜੀ ਅਹਿਮ ਸੀ, ਇਸ ਕਰਕੇ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਸੀ। ਅੱਗੇ ਤੁਰਦੇ ਹਾਂ ਕਿ ਮਰਾਠੀ ਭਾਸ਼ਾ ਵਿੱਚ ਭਗਤ ਸੈਣ ਜੀ ਦੇ ਕਈ ਅਭੰਗ ਜਿਵੇਂ ਭਗਤ ਨਾਮਦੇਵ ਜੀ ਦੇ ਮਿਲਦੇ ਸੀਗੇ ਉਸੇ ਤਰ੍ਹਾਂ ਹੀ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਪੰਡਰਪੁਰ ਦੇ ਬੀਠਲ ਨਾਥ ਦੀ ਸਤੁਤੀ ਹੈ, ਮਤਲਬ ਕਿ ਬੀਠਲ ਨਾਥ ਜੀ ਦੀ ਆਰਾਧਨਾ ਦੇ ਵਿੱਚ ਇਹ ਜਿਹੜੇ ਅਭੰਗ ਵਾ ਇਹ ਰਚਨਾਵਾਂ ਜਿਹੜੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ, ਜਿਸ ਤੋਂ ਭਗਤ ਸੈਣ ਜੀ ਵਾਰਕਰੀ ਸੰਪਰਦਾਇ ਦੇ ਜਾਪਦੇ ਹਨ।
ज्ञानेश्वर के नाल भी संबंध रख्या यह मनिया जाता। उस तो बाद बीठल नाथ के नाल संबंध भी स्थापित किया जाता। इस तो यह जापता कि वह वारकरी संप्रदाय के नाल संबंध रखते सी। अगे जे आपां भगत सैम जी के पिता जी का नाम नोट करना होवे तां मुकंद राय वख वख थावां दे उत्ते इन्हां दा उन्हां दे फादर साहब का नाम जिहड़ा आ इह लिखिया मिलदा आ। ते माता जी का नाम माता जीवनी जी जीवनी इस फानी संसार नूं उह 1440 ईस्वी दे विच छड्डदे ने। 1440 ईस्वी दे विच इस संसार तों उह विदा लै लैंदे ने। पर जे आपां इस हिसाब नाल वेखदे आ तां 1390 तों लै के 1440 तक करीब करीब 50 साल बनते हैं। 50 साल की उम्र जी उन्हों की बनती है। ये चीज़ों आप नोट कर लेना है। वैसे आम तौर पर यहोजा प्रश्न घट आते होंगे क्योंकि ये विद्वाना तो हजे सिद्ध नहीं हो सकिया कि रेलीवेंट कि चीज़ आ। पर आप वख वख किताबों वख वख हवालिया आधार बना के ये गल्लां कर लें तो करके अपना जिहड़ा नुकता है वह सिद्ध करना होंगे आ। अगे तुरदिया जी भगत सैन जी की बाणी वर्ग क्योंकि आप जदों प्रमाणिक बाणी की गल करते हैं तो मध्यकाल का इको एक सब तो वड अकारी ग्रंथ गुरु ग्रंथ साहिब आ जिन्हां विच भगत सैन जी का एक शब्द मिलता है राग तनासरी विच अंग 695 दे उत्ते। ते इस शब्द नूं आपां रणजीत दी आवाज़ विच सुणदे हां। सतनाम श्री वाहिगुरू साहिब जीओ। श्री सैन धूप दीप कृत साज आरती वारने जाओ कमलापति। मंगला हर मंगला नित मंगल राजा राम राय को रहाओ। उत्तम दियरा निर्मल बाती तुही तो निरंजन कमला पाती। रामा भगत रामानंद जाने पूरन परमानंद बखाने। मदन मूर्त पैतार गोबिंदे सैन पणे पज परमानंदे। मदन मूर्त पैतार गोबिंदे सैन पणे पज परमानंदे। हाँ जी प्यारे विद्यार्थियों बड़ी अहम जानकारी तुहाडे नाल सांझी कीती जा रही है भगत सैन जी बारे उन्हां दे जीवन बारे ते उन्हां दीआं रचनावां बारे। भगत सैन जी की यादगारी इमारत पिंड प्रतापपुरा जिला जलंधर विखे बनी हुई आ। ये बहुत 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 इंपॉर्टेंट नोट कर लो ध्यान नाल। ते बिदर दे राजे दे शाही नाई भी मन्ने जांदे आ भगत सैन जी। नोट कर लो अगला नुकता। तो गुरबाणी विच जिक्र आउंदा आ अंग 1192 दे उत्ते। नोट करियो जय देव त्याग्यो अहमेव नाई उधरियो सैन सेव। यह गुरबाणी दे विच अंग 1192 दे उत्तर उपर भगत सैन जी का जिक्र आउंदा आ। तो भाई गुरदास जी अपनी 10वीं वार दे विच लिखते ने आपां तुहाडे नाल सांझा कर रहे हैं। नोट करियो जी ये हवाला आ क्योंकि 10वीं जिहड़ी वार आ भाई गुरदास जी की उहदे विच ये भगत सैन जी बारे जिक्र आउंदा आ कि सुन प्रताप कबीर दा दूजा सिख होआ सैन नाई प्रेम भगत राती करै भलके राज दुआरे जाई। आए संत प्रौणे कीर्तन होआ रहण सबाई छड नहीं सकै संत जन राज दुआर ना सेव कमाई। सैन रूप हर जाए कै आया राणे नौ रिजाई साध जना नौ विदा कर राज द्वार गया सरमाई। राणे दूरों सद कै गलों कवाए खोल पहनाई पहनहाई वस कीता हो तुद अज बोले राजा सैन लुकाई। प्रगट करे भगत वडियाई प्रगट करे भगत वडियाई। ये जो साखी मैं थोड़े नाल सांझी कीती सी उस साखी नूं आधार बनाया गया आ। इस वार दे विचों ये जिहड़ा आपां पौड़ी पढ़ी आ उहनूं ठीक है जी। ये भाई गुरदास जी की 10वीं वार दे विचों आपां हवाला लिया है। आपां समाप्ति वल नूं वधदे आ इस लैक्चर दे। अज दा लैक्चर कुछ छोटा होगा कुछ संखेप
क्योंकि जिहड़े पहले लैक्चर ने तुसीं उह सारे दे सारे ध्यान नाल सुन के ते इस लैक्चर नूं सुन के अपने जिहड़े डाउट ने ओह 15 मई तक सारे क्लीयर कर लियो। 2022 सन चल रहा आ, 15 मई तक तुसीं भगत बाणी जां इस तों पहलां जिन्ने भी आपां लैक्चर कर चुके हां वो सारे दे सारे डाउट अपने क्लीयर कर लवो। उस तों बाद आपां अगला जिहड़ा सिलेबस आ वो तोड़ना आ, ते पुराने डाउट आपां 15 मई 2022 तक क्लीयर कर सकते हैं। वट्सएप ग्रुपां दे विच तुसीं निरंतर वो करवा लो, उस तों बाद तुहाडा कोई भी डाउट नहीं रहना चाहिए, ठीक है जी। अनंत दास ने रैदास की परची विच कबीर भगत कबीर ते भगत रविदास भेट, मतलब उन्हां दी आपसी चर्चा समय भगत सैन जी दा कोल हाज़र होण दा जिक्र किया है। वेरी 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 इंपॉर्टेंट, इत्थों की पता लगता है कि भगत सैन जी भगत कबीर जी और भगत रविदास जी दे समकाली सन, ठीक है जी, क्लीयर है, शाबाश। आज दा लैक्चर आपां इन्ना ही सी, इनू इस तरह ही याद करना है कि सानू गल्लां बातां दे विच ही सारा कुछ याद हो जाए। कोशिश करया करो कि लैक्चर नूं एक जां दो वार जां तीन वार जे सुनना पवे सुन लवो, कोई समस्या नहीं, पर यह अपनी जिंदगी दा हिस्सा बन जाना चाहिए आ। चढ़दियां कलावां दे विच रहो, हमेशा अपने आप नूं मोटीवेट रखो, तो हमेशा ये सोचो कि असी जो भी जानते हाँ वो साढ़े अपने मूल नाल जुड़िया होया आ, वो साढ़े इतिहास नाल जुड़िया होया आ। बेशक असी नाथ जोगियां दे साहित नूं पढ़ते हाँ, बेशक असी भगती मत जां भगत साहित जिहड़े भगत कवि ने उन्हां बारे जाणदे हाँ, जां असी गुरु साहिबाना बारे जाणदे हाँ, जां असी अदरक साहित बारे जाणदे हाँ, भाषा बारे जाणदे हाँ, लोकधारा बारे जाणदे हाँ, मैटा आलोचना बारे जाणदे हाँ, आलोचना बारे जाणदे हाँ, मतलब साढ़े कोल बहुत सारे विषय ने, उन्होंने सारिया बारे जो असं जानते हैं रिसर्च करते हैं तो उदों असी डेडिकेट होना है, उदों अपने अंदर भावनावां फीलिंग्स जगाउणियां ने कि यह साडा अपना है, असी इहनू दुनिया दे विच प्रचारना, साडा यही मकसद होना चाहिए। अपनी माँ बोली नूं भुल्लियो ना, सगों होरां नूं भी बोलन लायो, यही तुहाडे वास्ते, यही समाज वास्ते, यही साडे अपने मूल वास्ते सब तो वड्डा कारज आ। चढ़दी कला विच रहो, हमेशा पढ़ते रहो, लैक्चरां नूं शेयर करते रहो, हर किसी का फायदा हो सके। तो हाँ, अपने सार्थक ढुकमें कमेंट जरूर भेजा करो ता कि जिथे तुहाडा उत्साह वधदा आ उत्थे मेरा भी वधे। मैनू दिओ इजाजत, सत श्री अकाल।